पाकिस्तान च इलेक्शन का ऐलान हो गया तो साडे जिहड़े चौधरी साहबान हैं तो उन्होंने जिहड़े मुंशी मुसद्दी हैं ना उन्होंने आप दियां जैकटां शैकटां ते जनाब वेस्टकोटां कढ लईआं टाकी शाकी उन्होंने मार ली तो नाल ही कालियां गड्डियां तो उत्ते एम पी ए दा लोगो अगर मिटा होया तो वह भी बना लिया इन्हें। अच्छा इन्हों गड्डियां शड्डियां वेख के दो चार रोड ते मैनूं दो लतीफे याद आण। दो लतीफा नंबर एक, ਵਿਵੇਕ ਚੌਧਰੀ ਸਾਹਿਬ ਜਿਹੜੇ ਨਾ ਉਹ ਇੱਕ ਪਿੰਡ 'ਚ ਵੋਟ ਮੰਗਣ ਗਏ ਅਤੇ ਇੱਕ ਬਾਬੇ ਨੂੰ ਆਉਂਦੇ ਵੀ ਬਾਬਾ ਵੋਟ ਮੈਨੂੰ ਦੇਣਾ ਹੀ ਤੂੰ। ਬਾਬੇ ਆਖਿਆ ਵੀ ਗੱਲ ਹੀ ਕੋਈ ਨਹੀਂ, ਵੋਟ ਚੌਧਰੀ ਸਾਹਿਬ ਤੁਹਾਡਾ ਹੀ ਹੈ, ਵੋਟ ਅਸੀਂ ਕਿਤੇ ਲੈ ਕੇ ਜਾਣਾ। ਅਤੇ ਨਾਲ ਹੀ ਚੌਧਰੀ ਸਾਹਿਬ ਨੇ ਜੇਬ ਵਿੱਚ ਹੱਥ ਮਾਰਿਆ ਅਤੇ 5,000 ਰੁਪਇਆ ਕੱਢ ਕੇ ਅਤੇ ਬਾਬੇ ਦੇ ਤਲੀ 'ਤੇ ਰੱਖ ਦਿੱਤਾ। ਅਤੇ ਬਾਬੇ ਆਖਿਆ ਚੌਧਰੀ ਸਾਹਿਬ ਇਹ ਤਕੱਲਫ ਤੁਸੀਂ ਨਾ ਕਰੋ, ਮੈਂ ਪੱਠੇ ਛੱਠੇ ਲਿਆਉਣੇ ਉਹਨਾਂ ਨੂੰ, ਮੈਨੂੰ ਇੱਕ 5,000 ਦਾ ਖੋਤਾ ਚੰਗਾ ਲੈ ਕੇ ਦੇ ਦਿਓ। ਅਤੇ ਚੌਧਰੀ ਅੱਗੋਂ ਕਹਿੰਦਾ ਵੀ ਬਾਬਾ ਸਿਆਣਾ ਮਿਆਣਾ ਬੰਦਾ ਹੈ, 5,000 ਦਾ ਕੋਈ ਚੰਗਾ ਖੋਤਾ ਜਾਂ ਖੋਤੀ ਕੋਈ ਆਉਂਦੀ ਪਈ ਹੈ? ਅਤੇ ਚੌਧਰੀ ਸਾਹਿਬ ਨੂੰ ਅੱਗੋਂ ਬਾਬਾ ਆਉਂਦਾ ਅਤੇ ਬਾਬਾ ਜੀ ਚੌਧਰੀ ਸਾਹਿਬ ਤੁਸੀਂ ਵੀ ਕੋਈ ਥੋੜ੍ਹਾ ਜਿਹਾ ਅਕਲ ਨੂੰ ਹੱਥ ਮਾਰੋ ਵੀ 5,000 ਦਾ ਚੰਗਾ ਖੋਤਾ ਨਹੀਂ ਆਉਂਦਾ, ਤੁਸੀਂ ਸਾਡਾ 5,000 ਦਾ ਜ਼ਮੀਰ ਖਰੀਦਣ ਆ ਗਏ ਹੋ। ਭਾਈ ਜਾਨ ਵੋਟ ਹੁਣ ਪੈਣੇ ਹਨ ਅਤੇ ਇਲੈਕਸ਼ਨ ਹੋਣਾ ਹੈ ਅਤੇ ਭਾਈ ਜਾਨ ਤੁਸੀਂ ਆਪਦੇ ਜ਼ਮੀਰ ਦੀ ਕੀਮਤ 5,000 2,000 ਬਿਰਿਆਨੀ ਦਾ ਡੱਬਾ ਚੌਧਰੀ ਸਾਹਿਬ ਮਿਲ ਲਵਣ, ਇਹ ਨਹੀਂ ਰੱਖਣਾ, ਮੁਲਕੀ ਮਫਾਦਾਤ ਦੇ ਉੱਤੇ ਸੌਦਾ ਨਹੀਂ ਕਰਨਾ। ਲਤੀਫਾ ਨੰਬਰ ਦੋ, ਇੱਕ ਬੰਦਾ ਜਿਹੜਾ ਨਾ ਅਮਰੀਕੇ ਦੇ ਵਿੱਚ ਅਮਰੀਕਾ 'ਚ ਉਹ ਚਲਾਉਂਦਾ ਸੀ ਗੱਡੀ, ਅਤੇ ਉਹ ਇੱਕ ਗੱਡੀ ਉਹਨੇ ਜਾ ਕੇ ਗਲੀ ਦੇ ਅੱਗੇ ਲਾਈ ਅਤੇ ਇੱਕ ਕੁੜੀ ਆ ਗਈ ਪਰੋਂ ਕੱਪੜਿਆਂ ਤੋਂ ਬਗੈਰ ਬਿਲਕੁਲ ਨੰਗੀ ਸਪਾਟ ਅਤੇ ਵਿੱਚ ਬੈਠੀ ਤਾਂ ਉਹਨੇ ਆਖਿਆ ਮੈਨੂੰ ਫਲਾਣੀ ਕਲੋਨੀ ਲਾ ਦੇ। ਹੁਣ ਬੰਦੇ ਨੇ ਹੁਣ ਬਾਹ ਲਿਆ ਅਤੇ ਐਂ ਜਨਾਬ ਗੱਡੀ ਚਲਾ ਲਈਏ ਅਤੇ ਨਾਲ ਬਾਰ ਬਾਰ ਉਹਨਾਂ ਦੇਣ ਵਹਿੰਦਾ ਸ਼ੀਸ਼ੇ 'ਚ, ਕਦੇ ਉਹਦੇ ਵਹਿੰਦਾ ਕਦੇ ਇਧਰੋਂ ਉਹਦੇ ਵਹਿੰਦਾ। ਅਤੇ ਉਹ ਆਉਂਦੀ ਵੀ ਬੜਾ ਕੋਈ ਬਦਤਮੀਜ਼ ਆਦਮੀ ਹੈ, ਤੂੰ ਪਹਿਲੇ ਕੋਈ ਔਰਤ ਨਹੀਂ ਵੇਖੀ? ਉਹਨੇ ਕਿਹਾ ਵੀ ਔਰਤਾਂ ਤਾਂ ਮੈਂ ਵੇਖੀਆਂ ਵੀ, ਹੁਣ ਮੈਂ ਇਹ ਲੱਭ ਰਿਹਾ ਵੀ ਜਿਹੜਾ ਤੂੰ ਮੈਨੂੰ ਕਿਰਾਇਆ ਦੇਣਾ ਤੂੰ ਉਹ ਕਿੱਥੇ ਰੱਖਿਆ ਹੋਇਆ? ਭਾਈ ਜਾਨ ਜਿਹੜੇ ਆਪਣੇ ਸਿਆਸਤਦਾਨ ਹੈ ਨਾ, ਇਹਨਾਂ ਕੋਲ ਕਿਰਾਇਆ ਕੋਈ ਨਹੀਂ ਨੇ, ਇਹ ਬਿਲਕੁਲ ਅਲਫ ਨੰਗੇ ਹੋਏ ਪਏ ਨੇ ਅਤੇ ਇਹਨਾਂ ਕੋਲ ਕਿਰਾਇਆ ਕੋਈ ਨਹੀਂ ਨੇ। ਅਤੇ ਜਦੋਂ ਇਹ ਤੁਹਾਡੇ ਕੋਲ ਆ ਕੇ ਵੋਟ ਮੰਗਣ, ਜਦੋਂ ਇਹ ਜਲਸਾ ਕਰਨ, ਤੁਹਾਡੇ ਅੱਗੇ ਪਿੱਛੇ ਹੋਵਣ, ਤਾਂ ਭਾਈ ਜਾਨ ਇੱਕ ਦਫ਼ਾ ਇਹਨਾਂ ਨੂੰ ਅਹਿਸਾਸ ਤੁਸੀਂ ਦਿਵਾਉਣਾ ਵੀ ਅਸੀਂ ਜ਼ਿੰਦਾ ਕੌਮ ਹੈ, ਅਸੀਂ ਤੁਹਾਡੇ ਕੋਲ ਸਵਾਲ ਪੁੱਛ ਸਕਦੇ ਹਾਂ, ਤੁਹਾਡੇ ਕੋਲ ਪਿਛਲੇ 5 ਸਾਲਾਂ ਦਾ ਜਵਾਬ ਲੈ ਸਕਦੇ ਹਾਂ। ਔਰ ਇਹ ਰਵਾਇਤ ਭਾਈ ਜਾਨ ਤੁਸੀਂ ਬਰਕਰਾਰ ਅਗਰ ਨਹੀਂ ਕਰੋਗੇ ਜਾਂ ਨਹੀਂ ਬਣਾਓਗੇ ਤਾਂ ਅਸੀਂ ਇਵੇਂ ਹੀ ਅਗਲੇ ਨੂੰ ਗਾਲਾਂ ਕੱਢ ਲਈਆਂ, ਪਿਛਲੇ ਨੂੰ ਗਾਲਾਂ ਕੱਢ ਲਈਆਂ, ਸਾਰੇ ਜਣੇ ਇੱਕੋ ਸਲਾਹ ਬਣਾ ਕੇ। ਮੈਂ ਤਾਂ ਉਹਨੂੰ ਨਹੀਂ ਕਹਿ ਰਿਹਾ ਵੀ ਕਿਹੜੀ ਪਾਰਟੀ ਨੂੰ ਵੋਟ ਦੇਣਾ, ਲੇਕਿਨ ਆਪਦੇ ਵੋਟ ਤੋਂ ਪਹਿਲੇ ਜਿਹਨੂੰ ਦੇਣਾ ਉਹਨੂੰ ਤਾਂ ਪੁੱਛੋ ਵੀ ਤੂੰ ਕੀ ਸ਼ੈ ਹੈ ਅਤੇ ਤੂੰ ਸਾਡੇ ਵਾਸਤੇ ਪਿਛਲੇ 5 ਸਾਲਾਂ 'ਚ ਕੀਤਾ ਕੀ ਹੈ ਅਤੇ ਤੂੰ ਸਾਡੇ ਵਾਸਤੇ ਕਿਵੇਂ ਵਫਾਦਾਰੀ ਕੀਤੀ ਹੈ। ਅਤੇ ਚੌਧਰੀ ਤੁਹਾਨੂੰ ਮਿਲਣ ਜਦੋਂ ਤੁਸੀਂ ਜਾਂਦੇ ਹੋ ਚੌਧਰੀ ਨੂੰ, ਚੌਧਰੀ ਕਦੇ ਇਸਲਾਮਾਬਾਦ ਹੁੰਦਾ ਕਦੇ ਸੁੱਤਾ ਹੁੰਦਾ, ਤੁਸੀਂ ਵੀ 4-5 ਵਾਰੀ ਚੌਧਰੀ ਨਾ ਮਿਲੋ ਨਾ, ਤੁਸੀਂ ਵੀ ਕਹੋ ਵੀ ਮੈਂ ਪੱਠੇ ਲੈਣ ਗਿਆ ਹੋਇਆ, ਮੈਂ ਸਕੂਲੇ ਗਿਆ ਹੋਇਆ ਜੀ, ਮੈਂ ਸ਼ਹਿਰ ਗਿਆ ਹੋਇਆ ਜੀ, ਮੈਂ ਜੁੱਤੀ ਲੈਣ ਗਿਆ ਹੋਇਆ, ਆ ਜਾਂਦੇ ਚੌਧਰੀ ਸਾਹਿਬ ਮਿਲ ਲੈਂਦੇ। ਇਹ ਇਲੈਕਸ਼ਨ ਦਾ ਸਾਲ ਹੈ ਭਾਈ ਜਾਨ, ਇਹਨੂੰ ਇੰਜੋਏ ਕਰੋ ਅਤੇ ਆਪਦੇ ਵੋਟ ਦੀ ਇੱਜ਼ਤ ਕਰੋ। 5,000 ਦਾ ਖੋਤਾ ਨਹੀਂ ਜੇ ਲੱਭਦਾ।